ਬਲਾਕ ਬੰਗਾ ਦੇ ਪਿੰਡ ਮੇੜੀ ਦਾ ਕਮਿਊਨਿਟੀ ਸੈਂਟਰ ਜਿਸ ਦਾ ਨੀਂਹ ਪੱਥਰ ਕਰੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ 1953 ਵਿੱਚ ਰੱਖਿਆ ਗਿਆ ਸੀ ਅੱਜ ਸੰਬੰਧਿਤ ਵਿਭਾਗ ਅਤੇ ਸਰਕਾਰਾਂ ਦੀ ਅਣਦੇਖੀ ਕਾਰਨ ਆਪਣੀ ਮਾੜੀ ਤਰਸਯੋਗ ਹਾਲਤ 'ਤੇ ਹੰਝੂ ਵਹਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕਮਿਊਨਿਟੀ ਸੈਂਟਰ ਨੂੰ ਬਣੇ ਹੋਏ ਲਗਭਗ 65 ਸਾਲ ਦੇ ਕਰੀਬ ਹੋ ਗਏ ਹਨ ਅਤੇ ਇਸ ਦੇ ਅੰਦਰ ਆਂਗਨਵਾੜੀ ਸੈਂਟਰ, ਡਾਕਘਰ ਚੱਲ ਰਹੇ ਹਨ। ਪਿੰਡ ਵਾਸੀਆਂ ਨੇ ਸੰਬੰਧਿਤ ਵਿਭਾਗ ਅਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੈਂਟਰ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ। ਮੈਂ ਦਿਲਜੀਤ ਕੌਰ, ਪਿੰਡ ਮੇਲੀ ਦੀ ਵਾਸੀ ਹਾਂ ਜੀ। ਸਾਡਾ ਪਿੰਡ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਗਿਣਿਆ ਜਾਂਦਾ ਹੈ, ਲੇਕਿਨ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਾਡਾ ਇਹ ਕਮੇਟੀ ਸੈਂਟਰ ਦੇ ਵਿੱਚ ਇਹਦੇ ਇੱਕ ਡਾਕਖਾਨਾ ਵੀ ਮੌਜੂਦ ਹੈ ਅਤੇ ਆਂਗਨਵਾੜੀ ਵੀ ਮੌਜੂਦ ਹੈ, ਲੇਕਿਨ ਇਹਦਾ ਜਿਹੜਾ ਲੈਂਟਰ ਹੈ 65 ਸਾਲ ਹੋ ਗਏ ਹਨ ਤਕਰੀਬਨ ਪੇ ਨੂੰ, ਲੇਕਿਨ ਉਹਦੀ ਹਾਲਤ ਇੰਨੀ ਖਰਾਬ ਹੈ ਉਹਨੂੰ ਹੁਣ ਕੋਈ ਵੀ ਨਾ ਰਿਪੇਅਰ ਕਰਾਉਂਦਾ ਹੈ ਨਾ ਇਹਦੇ ਵੱਲ ਧਿਆਨ ਦਿੰਦਾ ਹੈ ਜੀ। ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਕੋਈ ਵੀ ਸਾਡੇ ਇਸ ਸੈਂਟਰ ਦੇ ਵੱਲ ਧਿਆਨ ਦੇਵੇ। ਇੱਥੇ ਇੰਨਾ ਕੁ ਸਫਾਈ ਦਾ ਵੀ ਬਹੁਤ ਜ਼ਰੂਰੀ ਹੈ, ਵੀ ਸਫਾਈ ਵੀ ਨਹੀਂ ਹੁੰਦੀ। ਤੁਹਾਨੂੰ ਪਤਾ ਅੱਜ ਕੱਲ੍ਹ ਬਿਮਾਰੀਆਂ ਬਹੁਤ ਫੈਲ ਰਹੀਆਂ ਹਨ, ਡੇਂਗੂ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ। ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਨੂੰ, ਸਾਨੂੰ ਬਹੁਤ ਘਬਰਾਹਟ ਹੁੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸਾਡੀ ਅਸੀਂ ਬਸ ਇਹੀ ਬੇਨਤੀ ਹੈ ਕਿ ਇਸ ਗੱਲ ਵੱਲ ਧਿਆਨ ਦੇਣ, ਇਸ ਸੈਂਟਰ ਦੀ ਸਫਾਈ ਕਰਾਈ ਜਾਵੇ, ਰਿਪੇਅਰ ਕਰਾਈ ਜਾਵੇ। ਸਾਡਾ ਪਿੰਡ ਪਹਿਲਾਂ ਬਹੁਤ ਹੀ ਪਹਿਲੇ ਨੰਬਰਾਂ 'ਤੇ ਸੀਗਾ। ਅੱਜ ਤੋਂ ਤਕਰੀਬਨ 65 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇੱਕ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀਗਾ। ਉਹ ਅੱਜ ਤਕਰੀਬਨ 65 ਸਾਲ ਹੋ ਗਏ ਆ, ਬੜੀ ਖਾਸਾ ਹਾਲਤ ਆ ਇਸਦੀ। ਇਹਦੇ ਵਿੱਚ ਆਂਗਣਵਾੜੀ ਵੀ ਹੈਗੀ ਆ ਅਤੇ ਡਾਕਖਾਨਾ ਵੀ ਆ, ਡਿਸਪੈਂਸਰੀ ਵੀ ਆ ਅਤੇ ਹੋਰ ਇੱਕ ਬਿਲਡਿੰਗ ਆ, ਬਾਲਵਾੜੀ ਸੈਂਟਰ ਆ। ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ। ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੋਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਲੈਂਟਰ ਡਿੱਗਣ ਵਾਲਾ ਹੈ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਇਹਦਾ ਹੱਲ ਕੱਢਿਆ ਜਾਵੇ ਤਾਂ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾਵੇ।